ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਪਣੇ ਚੈਨਲ ਫਸਟ ਚੋਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ, ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਅਤੇ ਸਕਰੀਨ 'ਤੇ ਇੱਕ ਨੰਬਰ ਚੱਲ ਰਿਹਾ, ਉਹ ਆਪਣਾ ਵਟਸਐਪ ਨੰਬਰ ਹੈ। ਜਿਹੜਾ ਸੂਟ ਪਸੰਦ ਹੈ ਸਕਰੀਨਸ਼ੋਟ ਲੈ ਕੇ ਇਸ ਨੰਬਰ 'ਤੇ ਭੇਜ ਦੇਣਾ, ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ 'ਤੇ ਔਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਬਿਲਕੁਲ ਨਹੀਂ ਹੋਊਗੀ। ਵੀਡੀਓ ਦੀ ਟਾਈਮਿੰਗ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ। ਅਤੇ ਇੱਕ ਗੱਲ ਜਿਹੜੀ ਮੈਂ ਹਮੇਸ਼ਾ ਭੁੱਲ ਜਾਂਦੀ ਹਾਂ ਕਿ ਬੀਬੀ ਮੈਨੂੰ ਬਾਅਦ 'ਚ ਯਾਦ ਕਰਾਉਂਦੀ ਹੈ ਕਿ ਆਪਾਂ ਹਰ ਤਰ੍ਹਾਂ ਦੇ ਦੁਪੱਟੇ ਆ ਜਿਹੜੇ ਉਹ ਡਾਈ ਕਰਵਾ ਕੇ ਦਿੰਦੇ ਹਾਂ, ਲੇਸਾਂ ਲਾ ਕੇ ਦਿੰਦੇ ਹਾਂ। ਅਗਰ ਤੁਹਾਨੂੰ ਦੁਪੱਟਾ ਵੀ ਚਾਹੀਦਾ ਹੁੰਦਾ ਸੂਟ ਨਾਲ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ, ਟਾਈ ਐਂਡ ਡਾਈ ਕਰਾ ਸਕਦੇ ਹੋ ਔਰ ਸਿੰਗਲ ਡਾਈ ਵੀ ਕਰਵਾ ਸਕਦੇ ਹੋ। ਠੀਕ ਹੈ ਜੀ, ਲਓ ਜੀ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਡਿਸਕਾਊਂਟ ਦੀਆਂ ਨੇ। ਲਓ ਜੀ, ਪਹਿਲੇ ਸੂਟ ਆ ਜਿਹੜਾ ਇਹ ਵਰਕ ਦਾ ਸੂਟ ਰਹੂਗਾ ਔਰ ਰਾਮਟੈਕਸ ਦੀ ਕੋਟਨ 'ਤੇ ਰਹੂਗਾ। ਲਓ, ਕਲਰ ਤੁਹਾਨੂੰ ਬਹੁਤ ਜ਼ਿਆਦਾ ਲਾਈਟ ਦਿਖ ਰਿਹਾ ਇੱਥੇ। ਘੇਰਾ ਹੈਗਾ ਜੀ ਇਹਦਾ 26.5 ਤਾਂ ਆਰਾਮ ਨਾਲ ਹੀ ਹੈਗਾ, 25-27 ਤੱਕ ਹੀ ਹੈਗਾ ਬਲਕਿ। ਅਤੇ ਦੋ ਇਹਦੇ 'ਤੇ ਇਸ ਤਰ੍ਹਾਂ ਲਾਈਨਾਂ ਪਈਆਂ ਹੋਈਆਂ ਨੇ ਵਰਕ ਦੀਆਂ ਘੇਰੇ 'ਤੇ। ਠੀਕ ਹੈ ਜੀ, ਘੇਰਾ ਕਾਫੀ ਹੈ, ਵਰਕ ਬਹੁਤ ਜ਼ਿਆਦਾ ਸਫਾਈ ਨਾਲ ਕੀਤਾ ਹੋਇਆ। ਅਤੇ ਜਿਹੜਾ ਸਟੱਫ ਹੈਗਾ ਉਹਦੇ ਵਿੱਚ ਚੈੱਕ ਜਿਹਾ ਬਣਿਆ ਹੋਇਆ, ਬੜਾ ਮਿੱਠਾ ਜਿਹਾ ਪੀਲਾ ਜਿਹਾ, ਹਲਕਾ ਜਿਹਾ ਪੀਲਾ ਹੈਗਾ ਇਹ। ਅਤੇ ਇਹ ਹੈ ਜੀ ਇਹਦਾ ਬਾਜੂ ਦਾ ਵਰਕ, ਬਹੁਤ ਪਿਆਰਾ ਵਰਕ ਹੋਇਆ, ਐਂ ਲੱਗਦਾ ਜਿਵੇਂ ਪੇਂਟ ਹੋਇਆ ਹੋਵੇ, ਇੱਦਾਂ ਦਾ ਵਰਕ ਹੈ, ਕਾਫੀ ਸੋਹਣਾ ਲੱਗਦਾ। ਅਤੇ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ ਸਿਰਫ ਅਤੇ ਸਿਰਫ 1400 ਦੇ ਵਿੱਚ, 1400 'ਚ ਸੋਹਣਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ ਡਿਸਕਾਊਂਟ 'ਤੇ। ਠੀਕ ਹੈ ਜੀ, ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ। ਲਓ ਜੀ ਅਗਲਾ ਸੂਟ, ਇਹ ਤਾਂ ਹੈਗਾ ਆਪਣੇ ਕੋਲ ਸਲਵਾਰ ਦਾ ਸਟੱਫ। ਠੀਕ ਹੈ, ਇਹ ਮਸਲੀਨ ਕੋਟਨ ਵਿੱਚ ਹੀ ਆ, ਇਹ ਤਾਂ ਕੋਟਨ ਜੀ ਹੈਗੀ ਹੈ, ਥੋੜ੍ਹੀ ਜਿਹੀ ਗਫ ਹੈ ਕੋਟਨ ਇਹ, ਸੋਰੀ ਡਬਲ ਹੋਇਆ, ਹਾਂ ਥੋੜ੍ਹੀ ਜਿਹੀ ਇੰਨੀ ਜ਼ਿਆਦਾ ਟਰਾਂਸਪੇਰੈਂਟ ਵੀ ਨਹੀਂ ਹੈਗੀ, ਪਰ ਮਸਲੀਨ ਦੇ ਵਿੱਚ ਹੈਗੀ ਹੈ ਇਹ। ਅਤੇ ਮਸਲੀਨ 'ਚ ਹੀ ਤੁਹਾਨੂੰ ਮਿਲੂਗਾ ਜੀ ਸ਼ਰਟ, ਲਾਈਨਸ ਵਾਲਾ ਇੱਦਾਂ ਸ਼ਰਟ ਹੈ, ਸ਼ਰਟ ਹੈਗਾ ਮਸਲੀਨ ਕੋਟਨ ਦੇ ਵਿੱਚ, ਕਾਫੀ ਸੋਹਣਾ ਲੱਗਦਾ ਸੂਟ ਇਹ। ਇਸ ਤਰ੍ਹਾਂ ਹੈਗਾ ਜੀ ਸ਼ਰਟ, ਗਰਲਿਸ਼ ਜੀ ਲੁੱਕ ਦਾ ਸੂਟ ਹੈ। ਅਤੇ ਪਲੇਨ ਮਿਲੂਗੀ ਤੁਹਾਨੂੰ ਇਹਦੇ ਨਾਲ ਸਲਵਾਰ, ਅਤੇ ਇਹ ਮਿਲੂਗਾ ਤੁਹਾਨੂੰ ਦੁਪੱਟਾ, ਦੁਪੱਟਾ ਵੀ ਮਸਲੀਨ ਦੇ ਵਿੱਚ ਮਿਲੂਗਾ, ਬਹੁਤ ਜ਼ਿਆਦਾ ਸੌਫਟ ਮਸਲੀਨ ਦਾ ਦੁਪੱਟਾ ਹੈ, ਕਾਫੀ ਸੋਹਣਾ ਸੂਟ ਹੈ। ਲਓ, ਬਹੁਤ ਪਿਆਰਾ ਸੂਟ ਹੈ, ਖੁੱਲ੍ਹਾ ਡੁੱਲਾ ਦੁਪੱਟਾ, ਐਨ 2.25 ਮੀਟਰ ਚੌੜਾਈ ਬਹੁਤ ਜ਼ਿਆਦਾ ਹੈ। ਠੀਕ ਹੈ ਜੀ, ਬਹੁਤ ਪਿਆਰਾ ਦੁਪੱਟਾ ਹੈ। ਅਤੇ ਪ੍ਰਾਈਸ ਹੈ ਸਿਰਫ 850 ਰੁਪਏ, 850 ਦੇ ਵਿੱਚ ਡਿਸਕਾਊਂਟ 'ਤੇ ਜਾ ਰਿਹਾ ਅੱਜ ਸੂਟ ਇਹ, 850 ਦੇ ਵਿੱਚ। ਅਤੇ ਲਓ ਜੀ, ਆਹ ਸੂਟ ਇਹ ਵੀ ਕਿਸੇ ਭੈਣ ਨੇ ਔਡਰ 'ਤੇ ਬਣਵਾਇਆ ਸੀਗਾ, ਦੁਪੱਟਾ ਵੀ ਡਾਈ ਕਰਾਇਆ ਸੀਗਾ, ਪਰ ਉਹੀ ਸਾਡੀ ਫਿਰ ਪ੍ਰੋਬਲਮ ਆ ਜਾਂਦੀ ਹੈ ਕਿ ਸਾਡਾ ਬਹੁਤ ਜ਼ਿਆਦਾ ਫਿਰ ਨੁਕਸਾਨ ਹੁੰਦਾ ਜਦੋਂ ਸਾਡੇ ਨਾਲ ਇਸ ਤਰ੍ਹਾਂ ਕੁਛ ਹੋ ਜਾਂਦਾ। ਸੋ ਭੈਣ ਨੇ ਬਸ ਰਖਵਾ ਰਖਵਾ ਕੇ ਢੇਰ ਲਵਾ ਲਏ ਸੀਗੇ, ਅਤੇ ਹੁਣ ਇਹ ਮੈਂ ਕੱਢ ਰਹੀ ਹਾਂ ਜੀ। ਲਓ, ਆਹ ਹੈਗਾ ਜੀ ਜੋਰਜਟ 'ਤੇ ਬਣਿਆ ਹੋਇਆ ਸੂਟ ਹੈ, ਪੈਨਲ ਵਰਕ ਹੋਇਆ, ਕਾਫੀ ਸੋਹਣਾ ਵਰਕ ਹੋਇਆ ਹੋਇਆ, ਬਹੁਤ ਪਿਆਰਾ ਜਿਹਾ ਵਰਕ ਹੋਇਆ ਹੋਇਆ, ਉੱਪਰ ਤੱਕ ਪੈਨਲ ਨੇ, ਨੀਚੇ ਜਾ ਕੇ ਫਲਾਵਰ ਪਏ ਹੋਏ ਨੇ, ਡਿਜ਼ਾਇਨਿੰਗ ਬਹੁਤ ਜ਼ਿਆਦਾ ਸੋਹਣੀ ਹੈ। ਠੀਕ ਹੈ ਜੀ, ਅਤੇ ਜੋਰਜਟ ਵੀ ਬਹੁਤ ਫਾਈਨ ਲੱਗੀ ਹੋਈ ਹੈ, ਅਤੇ ਇਹ ਰਹੂਗਾ ਜੀ ਇਹਦਾ ਬਾਜੂ ਦਾ ਵਰਕ। ਠੀਕ ਹੈ ਜੀ, ਅਤੇ ਇਹ ਹੈਗਾ ਜੀ ਇਕੱਲਾ ਸੂਟ 1700 ਰੁਪਏ ਦਾ, 1700 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਣਾ। ਅਤੇ ਅਗਲਾ ਇਹ ਵੀ ਤੁਹਾਨੂੰ ਮੈਂ ਅੱਜ ਦੇ ਰਹੀ ਹਾਂ ਬਸ 1700 'ਚ, ਅਤੇ ਦੁਬਾਰਾ ਜੇ ਬਣਾਉਣਾ ਹੋਵੇ ਮੈਂ ਬਣਾ ਨਹੀਂ ਸਕਦੀ। ਅਤੇ ਨੈਕਸਟ ਹੈ ਜੀ ਇਹਦੇ ਨਾਲ ਦੁਪੱਟਾ ਵੀ ਉਹਨਾਂ ਨੇ ਰੈਡੀ ਕਰਵਾਇਆ, ਜੋਰਜਟ ਦਾ ਹੀ ਉਹਨਾਂ ਨੇ ਦੁਪੱਟਾ ਰੈਡੀ ਕਰਵਾਇਆ ਸੀ। ਜਦੋਂ ਫੁੱਲ ਸੂਟ ਰੈਡੀ ਹੋ ਜਾਂਦੇ ਨੇ ਫਿਰ ਬੜੀ ਪ੍ਰੋਬਲਮ ਆਉਂਦੀ ਹੈ ਆਪਾਂ ਨੂੰ, ਹੈ ਨਾ। ਲਓ,
ਆ ਹੈਗਾ ਜੀ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ, ਬਹੁਤ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ। ਜਾਰਜਟ ਜਿਹਨੂੰ ਬੰਬਰ ਵੀ ਕਹਿ ਦਿੰਦੇ ਆਪਾਂ, ਬਹੁਤ ਸੋਫਟ ਜਿਹਾ ਕੱਪੜਾ ਹੈਗਾ। ਆ ਲਓ 2.5 ਮੀਟਰ ਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਰੈਡੀ ਕਰਵਾਇਆ, ਅਤੇ ਨਾਲ ਇਹ ਹੈਗਾ ਸੀ ਜੀ ਉਹਨਾਂ ਦਾ ਸੂਟ, ਅਤੇ ਬਹੁਤ ਜ਼ਿਆਦਾ ਸੋਹਣਾ ਚੀਜ਼ ਬਣੀ ਸੀਗੀ ਇਹ, ਠੀਕ ਹੈ ਜੀ। ਅਤੇ ਲਓ ਹੁਣ ਇਹ ਸੂਟ ਤੁਹਾਡੇ ਲਈ ਹੈ, ਜੇ ਤੁਹਾਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ, ਠੀਕ ਹੈ ਜੀ। 1700 ਦਾ ਤਾਂ ਹੈਗਾ ਇਕੱਲਾ ਸੂਟ, ਅਤੇ ਉੱਪਰ ਆਪਾਂ ਡਾਈ ਕਰਵਾਇਆ ਦੁਪੱਟਾ 600 ਰੁਪਏ ਦਾ, ਠੀਕ ਹੈ ਜੀ। ਅਤੇ ਜੇ ਤੁਸੀਂ ਇਕੱਲਾ ਸੂਟ ਲੈਣਾ ਹੈ ਇਕੱਲਾ ਲੈ ਲਓ 1700 ਦਾ, ਜੇ ਤੁਸੀਂ ਨਾਲ ਇਹ ਲੈਣਾ ਤਾਂ 2300 ਦੇ ਵਿੱਚ ਮਿਲ ਜੂਗਾ ਤੁਹਾਨੂੰ। ਲਓ ਜੀ ਅਗਲਾ ਸੂਟ, ਇਹ ਵੀ ਕਾਫੀ ਸੂਟ ਕੱਢੇ ਨੇ ਆਪਾਂ, ਬਹੁਤ ਜ਼ਿਆਦਾ ਸੂਟ ਕੱਢੇ ਨੇ, ਬਿਲਕੁਲ ਪਿਓਰ ਕੋਟਨ ਦੇ ਵਿੱਚ ਸੂਟ ਹੈਗਾ, ਅਤੇ ਨੀਚੇ ਇਹਦੇ ਘੇਰੇ 'ਤੇ ਇਸ ਤਰ੍ਹਾਂ ਦਾ ਵਰਕ ਹੋਇਆ। ਬਹੁਤ ਜ਼ਿਆਦਾ ਸੂਟ ਸੇਲ ਹੋਏ ਨੇ, ਨੀਚੇ ਕੱਟ ਵਰਕ ਇੱਦਾਂ ਹੋਇਆ ਹੋਇਆ, ਠੀਕ ਹੈ ਜੀ। ਕਾਫੀ ਸੋਹਣਾ ਸੂਟ ਹੈ, ਅਤੇ ਇਹਦਾ ਮੈਂ ਘੇਰਾ ਨਾਪ ਦਿਆਂ, 23-24 ਹੋਣਾ ਘੇਰਾ। ਤੁਸੀਂ ਪਲੀਜ਼ ਸੂਟ ਰਖਵਾਇਆ ਨਾ ਕਰੋ, ਰਖਵਾ ਰੱਖੀ ਜਾਂਦੇ ਹੋ, ਬਾਅਦ 'ਚ ਲੈਣੇ ਵੀ ਤਾਂ ਪੈਸੇ ਵੀ ਦੇਣੇ ਹੁੰਦੇ ਨੇ, ਹੈ ਨਾ। ਸੋ ਇੱਦਾਂ ਨਾ ਕਰਿਆ ਕਰੋ, 23.5 ਤੱਕ ਹੈਗਾ ਇਹਦਾ ਘੇਰਾ, ਅਤੇ ਅਗਲੇ ਦਾ ਨੁਕਸਾਨ ਹੋ ਜਾਂਦਾ। ਅਤੇ ਕਈ ਭੈਣਾਂ ਜਿਹੜੀਆਂ ਉਹਨਾਂ ਨੂੰ ਉਹ ਚੀਜ਼ ਮਿਲਦੀ ਨਹੀਂ ਜਿਹੜੀਆਂ ਲੈਣਾ ਚਾਹੁੰਦੀਆਂ ਹੁੰਦੀਆਂ ਨੇ। ਲਓ ਜੀ ਇਹ ਹੈਗਾ ਨੈਗੇਟਿਵ ਪ੍ਰਿੰਟ ਦੀ ਸਲਵਾਰ ਮਿਲੂਗੀ ਨਾਲ ਤੁਹਾਨੂੰ, ਅਤੇ 2.5 ਮੀਟਰ ਦੀ ਸਲਵਾਰ, 2.5 ਮੀਟਰ ਦੀ ਸ਼ਰਟ ਮਿਲੂਗੀ, ਘੇਰੇ 'ਤੇ ਵਰਕ ਮਿਲੂਗਾ ਔਰ ਸਲਵਾਰ 'ਤੇ ਵਰਕ ਮਿਲੂਗਾ। ਆ ਲਓ ਸੇਮ ਹੀ ਵਰਕ ਤੁਹਾਨੂੰ ਸਲਵਾਰ 'ਤੇ ਮਿਲੂਗਾ, ਜਿਸ ਤਰ੍ਹਾਂ ਦਾ ਘੇਰੇ 'ਤੇ ਵਰਕ ਹੈ, ਬਾਜੂ 'ਤੇ ਵਰਕ ਨਹੀਂ ਹੈਗਾ, ਤੁਸੀਂ ਪਾਈਪਿੰਗ ਵਗੈਰਾ ਲਾ ਕੇ ਸਾਰ ਸਕਦੇ ਹੋ। ਅਤੇ ਨਾਲ ਮਿਲੂਗਾ ਜੀ 2.5 ਮੀਟਰ ਦਾ ਤੁਹਾਨੂੰ ਕੋਟੇ ਦਾ ਦੁਪੱਟਾ, ਔਰ ਦੁਪੱਟੇ 'ਤੇ ਵੀ 4 ਸਾਈਡ ਨਹੀਂ 2 ਸਾਈਡ, ਜਿਹੜੇ ਆਹ ਲੜ ਹੁੰਦੇ ਨੇ ਪੱਲੇ ਇਹਨਾਂ 'ਤੇ ਪਿੱਕ ਹੋਈ ਹੋਈ ਆ, ਠੀਕ ਹੈ ਜੀ। ਜਿਹੜੀਆਂ ਕੰਨੀਆਂ ਨੇ ਉਹਨਾਂ 'ਤੇ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ, ਠੀਕ ਹੈ। ਕਾਫੀ ਸੋਹਣਾ ਕੋਟੇ ਦਾ, ਸੋਫਟ ਕੋਟੇ ਦਾ ਦੁਪੱਟਾ, ਐਨ ਖੁੱਲ੍ਹਾ ਡੁੱਲਾ ਦੁਪੱਟਾ ਮਿਲੂਗਾ ਤੁਹਾਨੂੰ, ਦੁਪੱਟੇ 'ਚ ਵੀ ਕੋਈ ਕਮੀ ਨਹੀਂ ਹੈਗੀ, ਠੀਕ ਹੈ ਜੀ। ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ ਡਿਸਕਾਊਂਟ 'ਤੇ 1500 ਰੁਪਏ 'ਚ। ਲਓ ਜੀ ਇਹ ਵੀ ਸੂਟ ਆਪਣੇ ਰੀਵਾ ਕੋਟਨ ਦੇ, ਲਿਲਨ ਕੋਟਨ ਦੇ ਸੂਟ ਨੇ, ਕਾਫੀ ਸੋਹਣੇ ਸੂਟ ਨੇ, ਅਤੇ ਇਹ ਵੀ ਅੱਜ ਆਪਣੇ ਡਿਸਕਾਊਂਟ 'ਤੇ ਹੀ ਨੇ, ਠੀਕ ਹੈ ਜੀ। ਕਾਫੀ ਵਧੀਆ ਸੂਟ ਹੈ। ਲਓ ਇਹ ਹੈਗਾ ਇਹਦਾ, ਅੱਜ ਕੱਲ ਇਹ ਪ੍ਰਿੰਟ ਆ ਜਿਹੜਾ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ, ਬਹੁਤ ਸੋਹਣਾ ਲੱਗਦਾ। ਅਤੇ ਇਹ ਹੈ ਜੀ ਸੈਲਫ ਪ੍ਰਿੰਟ ਦੀ ਸਲਵਾਰ, 2.5 ਮੀਟਰ ਦੀ ਸਲਵਾਰ, ਰੀਵਾ ਦੀ ਸਲਵਾਰ ਮਿਲੂਗੀ, ਅਤੇ ਰੀਵਾ ਕੋਟਨ ਦਾ ਹੀ ਤੁਹਾਨੂੰ ਮਿਲੂਗਾ, ਸ਼ਰਟ ਲਾਈਟ ਵੇਟ ਪਿਓਰ ਕੋਟਨ ਮਿਲੂਗੀ, ਅਤੇ ਨਾਲ ਮਿਲੂਗਾ ਮਸਲੀਨ ਦਾ ਇਹ ਵਾਲਾ ਦੁਪੱਟਾ, ਠੀਕ ਹੈ ਜੀ। ਬਹੁਤ ਸੋਹਣੇ ਦੁਪੱਟੇ ਨੇ, 2.5 ਮੀਟਰ 2.5 ਮੀਟਰ ਦੇ ਦੁਪੱਟੇ ਮਸਲੀਨ ਦੇ, ਬਹੁਤ ਪਿਆਰੇ ਦੁਪੱਟੇ ਨੇ, ਕਲਰ ਪਿੰਕ ਹੈਗਾ ਇਹਦਾ, ਅਤੇ ਪ੍ਰਾਈਸ ਇਹਦੀ ਰਹੂਗੀ 1450। ਅਗਲਾ ਸੂਟ, ਲਓ ਕਾਫੀ ਸੋਹਣਾ ਪ੍ਰਿੰਟ ਹੈ, ਅਤੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ। ਆ ਲਓ ਜੀ ਬਹੁਤ ਪਿਆਰਾ ਕਲਰ ਅਤੇ ਪ੍ਰਿੰਟ ਹੈ, ਅਤੇ ਇਹ ਹੈ ਇਹਦਾ ਸਲਵਾਰ ਦਾ 2.5 ਮੀਟਰ ਦਾ ਪੀਸ, ਸਿਰਫ ਪ੍ਰਿੰਟ ਹੈ। ਇਹ ਮਿਲੂਗਾ ਜੀ ਦੁਪੱਟਾ, ਠੀਕ ਹੈ ਜੀ। ਬਹੁਤ ਸੋਹਣਾ ਸੂਟ, ਪ੍ਰਾਈਸ 1450। ਲਓ ਜੀ ਅਗਲਾ ਸੂਟ, ਇਹ ਵੀ ਬਹੁਤ ਪਿਆਰਾ ਹੈ, ਬੜਾ ਹੀ ਜ਼ਿਆਦਾ ਸੋਹਣਾ ਸੂਟ ਹੈ, ਕਲਰ ਇੰਨਾ ਜ਼ਿਆਦਾ ਸੋਹਣਾ ਹੈ, ਬਸ ਪੁੱਛੋ ਹੀ। ਹਾਂ ਬਹੁਤ ਪਿਆਰਾ ਕਲਰ ਹੈਗਾ ਇਹਦਾ, ਅਤੇ
ਨਾਲ ਇਹਦੇ ਮਿਲੂਗਾ ਤੁਹਾਨੂੰ ਦੁਪੱਟਾ, ਮੇਰੇ ਖਿਆਲ ਆਲ ਓਵਰ ਸੂਟ ਹੈ ਇਹ, ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ, ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ, ਦੁਪੱਟਾ ਵੀ ਬਹੁਤ ਪਿਆਰਾ ਹੈ, ਠੀਕ ਹੈ ਜੀ, ਸਰਦਾਰੀ ਲੁੱਕ ਦਾ ਸੂਟ ਹੈ, ਆਂਟੀਆਂ ਮੰਮੀਆਂ ਦੇ ਸੱਸਾਂ ਦੇ ਲੈਣ ਵਾਲਾ ਹੈਗਾ, ਅਤੇ ਪ੍ਰਾਈਸ ਇਹਦੀ ਵੀ 1450, ਕਿਉਂਕਿ ਹੁਣ ਡਿਸਕਾਊਂਟ 'ਤੇ ਜਾ ਹੈਗੇ ਨੇ ਇਹ ਸੂਟ ਸਾਰੇ। ਇਹ ਸੂਟ ਹੈ ਜਿਹੜਾ, ਇਹ ਵੀ ਆਲ ਓਵਰ ਸੂਟ ਹੈ, ਕਲਰ ਬਹੁਤ ਸੋਹਣਾ ਹੈ, ਬਹੁਤ ਪਿਆਰਾ ਕਲਰ ਹੈ, ਬਹੁਤ ਪਿਆਰੀ ਪ੍ਰਿੰਟਿੰਗ ਹੈ, ਥੋੜ੍ਹਾ ਜਿਹਾ ਸਰਦਾਰੀ ਆ ਜਾਂਦਾ ਵਿੱਚ, ਨਹੀਂ ਠੀਕ ਹੈ ਠੀਕ ਜੀ ਹਰੇ ਲਗਭਗ ਕਲਰ ਤਾਂ। ਅਤੇ ਇਹ ਰਹੂਗਾ ਜੀ ਇਹਦੇ ਨਾਲ ਦੁਪੱਟਾ, ਠੀਕ ਹੈ ਜੀ, ਅਤੇ ਪ੍ਰਾਈਸ ਰਹੂਗੀ ਇਹਦੀ 1450। ਰੀਵਾ ਬ੍ਰੈਂਡ ਦੇ ਸੂਟ ਨੇ, ਸਾਰੇ ਬ੍ਰੈਂਡਡ ਸੂਟ ਨੇ। ਲਓ ਜੀ ਇਹ ਹੈਗਾ ਮਸਟਰਡ ਕਲਰ ਦਾ ਸੂਟ ਹੈ, ਲਿਲਨ ਕੋਟਨ ਦੇ ਵਿੱਚ, ਇਹ ਵੀ ਰੀਵਾ ਬ੍ਰੈਂਡ ਦਾ ਹੀ ਸੂਟ ਮਿਲੂਗਾ ਤੁਹਾਨੂੰ। ਰੀਵਾ ਬ੍ਰੈਂਡ ਦੇ ਜਿਹੜੇ ਕੋਟਨ ਹੁੰਦੀ ਹੈ ਬਹੁਤ ਲਾਈਟ ਵੇਟ ਹੁੰਦੀ ਹੈ, ਬਹੁਤ ਹਲਕੀ, ਪਾਉਣ 'ਚ ਬੜੀ ਈਜ਼ੀ ਹੁੰਦੀ ਹੈ, ਕਲਰ ਬਹੁਤ ਜ਼ਿਆਦਾ ਸੋਹਣਾ ਹੈ, ਮਸਟਰਡ ਕਲਰ ਹੈ ਜੀ, ਕਲਰ ਸਾਰੇ ਬਹੁਤ ਸੋਹਣੇ ਨੇ, ਅਤੇ ਤੁਹਾਡੇ ਲੈਣ ਵਾਲੇ ਨੇ ਇਸ ਤੋਂ ਘੱਟ ਰੇਟ ਦੇ ਵਿੱਚ, ਫਿਰ ਤਾਂ ਤੁਹਾਨੂੰ ਕਦੀ ਨਹੀਂ ਮਿਲਣੇ ਹੈਗੇ। ਅਤੇ ਲਓ ਜੀ ਇਹ ਹੈ ਇਹਦੇ ਨਾਲ ਦੁਪੱਟਾ, ਮਸਲੀਨ ਦੇ ਦੁਪੱਟੇ ਨੇ, ਬਹੁਤ ਪਿਆਰੇ ਦੁਪੱਟੇ ਨੇ, ਅਤੇ ਪ੍ਰਾਈਸ 1450। ਰੰਗ ਸਾਰੇ ਸੋਹਣੇ ਆ, ਕਲਰ ਬਹੁਤ ਸੋਹਣੇ ਸਾਰੇ। ਲਓ ਜੀ ਇਹ ਹੈ ਇੱਕ ਇਹ ਵਾਲਾ ਕਲਰ ਹੈਗਾ ਇਹਦੇ ਵਿੱਚ, ਅਤੇ ਇਹ ਵਾਲੀ ਹੈ ਸਲਵਾਰ, ਸਕਾਈ ਬਲੂ ਜਿਹਾ ਕਲਰ ਹੈ ਇਹ, ਬਲੂ ਤਾਂ ਨਹੀਂ ਹੈਗਾ, ਸਹੀ ਆ ਗਿਆ, ਹਾਂ ਸਹੀ ਆ ਰਿਹਾ ਕਲਰ। ਅਤੇ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ, ਠੀਕ ਹੈ, ਪ੍ਰਾਈਸ 1450। ਭਾਅ ਜੀ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਉਣਾ, ਇਹ ਸੂਟ ਆ ਜਿਹੜਾ ਇਹ ਬਣਿਆ ਹੋਇਆ ਐਸ ਕੇ ਦੀ ਕੋਟਨ ਦੀ, ਕਾਫੀ ਸੋਹਣਾ ਸਟੱਫ ਹੁੰਦਾ ਇਹ, ਮਹਿੰਦੀ ਕਲਰ ਹੈ, ਤੇ ਇਹਦਾ ਨੈਕ ਤੇ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ, ਲੋ ਨੈਕ ਤੇ ਵਰਕ ਬਹੁਤ ਫਾਈਨ ਜਿਹਾ ਵਰਕ ਹੋਇਆ ਵੇ, ਤੇ ਨਾਲ ਵਰਕ ਹੋਇਆ ਬਾਜੂ ਤੇ, ਠੀਕ ਹੈ ਜੀ। ਤੁਸੀਂ ਫਰੰਟ ਤੇ ਬੂਟੀ ਪਾਉਣੀ ਆ ਜਾਂ ਘੇਰੇ ਤੇ ਇਦਾਂ ਦਾ ਵਰਕ ਕਰਾਉਣਾ ਤਾਂ ਕਰਵਾ ਸਕਦੇ ਹੋ, ਇਹ ਸੂਟ ਤੁਹਾਨੂੰ ਐਜ਼ ਇਟ ਇਜ਼ ਮਿਲੂਗਾ 1550 ਦਾ। ਪਰ ਜੇ ਤੁਸੀਂ ਅੱਗੇ ਥੋੜ੍ਹਾ ਜਿਹਾ ਵਰਕ ਹੋਰ ਵਧਾਉਣੇ ਹੋ, ਫਰੰਟ 'ਤੇ ਬੂਟੀ ਪਾਉਣੀ ਆ ਜਾਂ ਫਰੰਟ 'ਤੇ ਘੇਰਾ ਬਣਾਉਣਾ, ਉਹ ਵੀ ਅਸੀਂ ਬਣਾ ਕੇ ਦੇ ਦਾਂਗੇ, ਜਿਵੇਂ ਵੀ ਕਰਾਉਣਾ ਚਾਹੁੰਦੇ ਇਹਦੇ ਵਿੱਚ ਹੋਰ ਥੋੜ੍ਹਾ ਬਹੁਤਾ ਐਡ ਕਰਾਉਣਾ, ਤਾਂ ਉਹਦੇ ਅਕੋਰਡਿੰਗਲੀ ਫਿਰ ਪ੍ਰਾਈਸ ਆ ਜਿਹੜੀ ਵੱਧਦੀ ਘੱਟਦੀ ਰਹਿੰਦੀ ਹੈ। ਸੋ ਜਿਸ ਹਾਲਤ ਵਿੱਚ ਹੈਗਾ 1550 ਦੇ ਵਿੱਚ ਮਿਲੂਗਾ, ਕਿਉਂਕਿ ਇਹ ਸਟੱਫ ਹੈ ਜਿਹੜਾ ਬਹੁਤ ਜ਼ਿਆਦਾ ਸੁਪੀਰੀਅਰ ਹੁੰਦਾ, ਪ੍ਰੀਮੀਅਮ ਕੋਟਨ, ਠੀਕ ਹੈ ਜੀ। ਸੋ ਇਹ ਸੀ ਆਪਣਾ ਅੱਜ ਦੀ ਕੁਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ, ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ, ਪਲੀਜ਼ ਸ਼ੇਅਰ ਜ਼ਰੂਰ ਕਰਦੇ ਕਰੋ, ਤੁਹਾਡਾ ਇੱਕ ਇੱਕ ਸ਼ੇਅਰ ਸਾਡੇ ਲਈ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਅਤੇ ਫਿਰ ਮਿਲਦੇ ਹਾਂ ਆਪਾਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।